ਬਠਿੰਡਾ ਦੇ ਸੀਆਈਏ ਸਟਾਫ ਨੇ ਇੱਕ ਕੈਂਟਰ ਵਿੱਚੋਂ 475 ਪੇਟੀਆਂ ਹਰਿਆਣਾ ਮਾਰਕਾ ਸ਼ਰਾਬ ਬਰਾਮਦ ਕੀਤੀਆਂ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੀਆਈਏ ਸਟਾਫ 2 ਦੇ ਐਸਆਈ ਹਰਿੰਦਰ ਸਿੰਘ ਨੇ ਆਪਣੇ ਸਟਾਫ ਸਮੇਤ ਬਾਈਪਾਸ ਰੋਡ ਤੇ ਨਾਕਾ ਲਾਇਆ ਹੋਇਆ ਸੀ। ਇਸੇ ਦੌਰਾਨ ਜਦੋਂ ਇੱਕ ਕੈਂਟਰ ਨੂੰ ਰੋਕਿਆ ਗਿਆ ਤਾਂ ਉਸ ਦਾ ਚਾਲਕ ਉੱਥੋਂ ਫਰਾਰ ਹੋ ਗਿਆ। ਇਸ ਮਗਰੋਂ ਜਦੋਂ ਕੈਂਟਰ ਦੀ ਤਲਾਸ਼ੀ ਲਈ ਗਈ ਤਾਂ ਇਸ ਵਿੱਚੋਂ 475 ਪੇਟੀਆਂ ਹਰਿਆਣਾ ਮਾਰਕਾ ਸ਼ਰਾਬ ਬਰਾਮਦ ਹੋਈਆਂ। ਅਧਿਕਾਰੀ ਨੇ ਦੱਸਿਆ ਕਿ ਮਾਮਲੇ ਸੰਬੰਧੀ ਜਾਂਚ ਕੀਤੀ ਜਾਵੇਗੀ ਅਤੇ ਪੜਤਾਲ ਵਿੱਚ ਜੋ ਵੀ ਸਾਹਮਣੇ ਆਵੇਗਾ ਉਸ ਦੇ ਆਧਾਰ ਤੇ ਕਾਰਵਾਈ ਕੀਤੀ ਜਾਵੇਗੀ। ਇਹ ਜਿਹੜੀ ਸ਼ਰਾਬ ਫੜੀ ਜੀ ਬੀਤੀ ਰਾਤ ਸਾਡੇ ਐਸਏ ਹਰਿੰਦਰ ਸਿੰਘ ਦੀ ਗਸਤ ਲੱਗੀ ਹੋਈ ਸੀ ਰਿੰਗ ਰੋਡ ਤੇ, ਜਿਹੜਾ ਚੌਕ ਪੈਂਦਾ ਆਪਣਾ ਬੀ ਰੋਡ ਦੇ ਉੱਤੇ ਰਿੰਗ ਰੋਡ ਦੇ ਚੌਕ, ਉੱਥੇ ਜਦੋਂ ਗੱਡੀਆਂ ਚੈੱਕ ਕਰ ਰਹੇ ਸੀ ਤੇ ਇੱਕ ਕੈਂਟਰ ਸੀਗਾ PV03AP7293। ਉਹ ਪਿੱਛੇ ਦੂਰੀ ਗੱਡੀ ਜਿਹੜੀ ਪੁਲਿਸ ਨੇ ਟਾਰਚ ਮਾਰੀ ਤੇ ਗੱਡੀ ਛੱਡ ਕੇ ਡਰਾਈਵਰ ਗਿਆ ਮੌਕੇ ਤੋਂ ਭੱਜ। ਗੱਡੀ ਚੈੱਕ ਕਰਨ ਦੇ ਤੋਂ 475 ਪੇਟੀਆਂ ਜਿਹਨੇ ਸ਼ਰਾਬ ਹਰਿਆਣੇ ਦੀ ਮਿਲੀ ਹੈ। ਕਿਹੜੇ ਕਿਹੜੇ ਬ੍ਰਾਂਡ ਸੀ ਉਹਦੇ ਵਿੱਚੋਂ? ਫਸਟ ਚੁਆਇਸ ਦੇ ਹੈਗੇ 170 ਡੱਬੇ, ਸ਼ਾਹੀ ਦੇ ਹੈਗੇ 88, ਸ਼ਹਿਨਾਈ ਦੇ ਹੈਗੇ 168 ਅਤੇ ਮਹਿਲ ਦੇ 31 ਅਤੇ ਮਾਲਟ 18। ਟੋਟਲ 475 ਪੇਟੀਆਂ ਸ਼ਰਾਬ ਦੀਆਂ ਅਤੇ ਇਹਦੇ ਬਾਰੇ ਹਜੇ ਤਫਤੀਸ਼ ਜਾਰੀ ਹੈ। ਮਾਲਕ ਦਾ ਪਤਾ ਕਰ ਰਿਹਾ ਵੀ ਕੈਂਟਰ ਕਿਹਦਾ, ਜਿਹੜਾ ਨੰਬਰ ਹੈ ਬਠਿੰਡੇ ਦਾ। ਅੱਗੇ ਕੀ ਕਾਰਵਾਈ ਕਰ ਰਹੇ ਹੋ? ਅੱਗੇ ਹੁਣ ਪੜਤਾਲ ਦਾ ਪਤਾ ਲੱਗੂ ਵੀ ਕਿਹੜਾ ਡਰਾਈਵਰ ਸੀ ਜਾਂ ਮਾਲਕ ਖੁਦ ਸੀ ਜਾਂ ਕੋਈ ਡਰਾਈਵਰ ਸੀ, ਉਹ ਜੋ ਵੀ ਤਫਤੀਸ਼ ਸਾਹਮਣੇ ਆਊਗਾ ਉਹਦੇ ਖਿਲਾਫ਼ ਅਗਲੀ ਕਾਰਵਾਈ ਲਿਆਉਂਦੀ ਜਾਊ।